ਪੰਜਾਬ ਦੇ ਵਿਦਿਆਰਥੀਆਂ ਨੂੰ ਛੁੱਟੀਆਂ ਦੌਰਾਨ ਕਰਨਾ ਪਵੇਗਾ ਇਹ ਕੰਮ। ਸਿੱਖਿਆ ਵਿਭਾਗ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ, ਵਿਭਾਗ ਦੇ ਵੱਲੋਂ ਹੁਕਮਾਂ ਦੇ ਵਿੱਚ ਰਹੇਗੀ ਸਖਤਾਈ। ਵਿਦਿਆਰਥੀਆਂ ਦੇ ਨਾਲ ਸੰਬੰਧਿਤ ਇਸ ਸਮੇਂ ਦੀ ਖਾਸ ਅਪਡੇਟ, ਸਿੱਖਿਆ ਵਿਭਾਗ ਨੇ ਕੀ ਜਾਰੀ ਕੀਤੀਆਂ ਨਵੀਆਂ ਹਦਾਇਤਾਂ, ਜਾਣਾਂਗੇ ਇਸ ਵੀਡੀਓ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਅਸੀਂ ਕਿ। ਵਿਦਿਆਰਥੀਆਂ ਦੀ ਕੰਟੀਨਿਊਸ਼ਨ ਜੋ ਭੇਜੀ ਜਾਂਦੀ ਹੈ, ਵਿਦਿਆਰਥੀ ਜਿਹੜੇ ਕਿ ਬਾਹਰੀ ਬੋਰਡ ਜਾਂ ਬਾਹਰੀ ਰਾਜਾਂ ਤੋਂ ਵਿਦਿਆਰਥੀ ਪੰਜਾਬ ਬੋਰਡ ਦੇ ਵਿੱਚ ਦਾਖਲਾ ਲੈਂਦੇ ਨੇ, ਉਹਨਾਂ ਦੇ ਦਸਤਾਵੇਜ਼ ਅਪਲੋਡ ਕਰਨੇ ਹੁੰਦੇ ਨੇ ਤਾਂ ਜੋ ਉਹਨਾਂ ਦਾ ਜਿਹੜਾ ਰਜਿਸਟ੍ਰੇਸ਼ਨ ਨੰਬਰ ਹੈ ਜਾਰੀ ਹੋ ਸਕੇ। ਸੋ ਇਹਨਾਂ ਵਿਦਿਆਰਥੀਆਂ ਲਈ ਜਿਹਨਾਂ ਨੂੰ ਰਜਿਸਟ੍ਰੇਸ਼ਨ ਨੰਬਰ ਅਲਾਟ ਨਹੀਂ ਹੋਇਆ, ਸਿੱਖਿਆ ਵਿਭਾਗ ਦੇ ਵੱਲੋਂ 19 ਜਨਵਰੀ ਦਾ ਸਮਾਂ ਦਿੱਤਾ ਗਿਆ ਹੈ ਕਿ ਮਿੱਥੇ ਸਮੇਂ ਤੇ ਦਸਤਾਵੇਜ਼ ਜਿਹੜੇ ਨੇ ਮੋਹਾਲੀ ਭੇਜੇ ਜਾਣ ਤਾਂ ਜੋ ਵਿਦਿਆਰਥੀ ਜਿਹੜੇ ਨੇ ਸਿੱਖਿਆ ਤੋਂ ਵਾਂਝੇ ਨਾ ਰਹਿ ਸਕਣ। ਹੁਣ ਵਿਦਿਆਰਥੀਆਂ ਨਾਲ ਸੰਬੰਧਿਤ ਖਾਸ ਅਪਡੇਟ ਜਿਹੜੀ ਹੈ ਸਿੱਖਿਆ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਸੀ, ਸੋਚਿਆ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਇਸ ਵੀਡੀਓ ਵਿੱਚ। ਇਹਨਾਂ ਹੀ, ਧੰਨਵਾਦ।